ਬਾਕੀ ਇੱਧਰ ਆ ਜਾਓ। ਹਾਂਜੀ ਸਰ, ਕੀ ਮਸਲਾ ਹੈ ਜਿਹੜਾ ਦੁਕਾਨਦਾਰ ਭਰਾਵਾਂ ਨੂੰ ਅੱਜ ਥਾਣੇ ਦੇ ਬਾਹਰ ਇਕੱਠੇ ਹੋਣਾ ਪੈ ਰਿਹਾ ਜੀ? ਇਹ ਮਸਲਾ ਇਸ ਤਰ੍ਹਾਂ ਹੋਇਆ ਜੀ, ਸਾਡਾ ਚਗਿੱਟੀ ਖੇਤਰ ਭਾਸਨਗਰ ਖੇਤਰ ਹੈ, ਚਗਿੱਟੀ ਖੇਤਰ ਦੇ ਵਿੱਚ ਅੱਜ ਨਸ਼ਾ ਵੇ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਵੱਧ ਰਿਹਾ। ਉਹ ਜਿਹੜੇ ਨਸ਼ੇ ਦੇ ਵਪਾਰੀ ਹੈ ਬਿਲਕੁਲ ਬੇਖੋਫ ਹੋ ਕੇ ਨਸ਼ਾ ਵੇਚਦੇ ਵੀ ਹੈ ਅਤੇ ਨਸ਼ਾ ਖਾਂਦੇ ਵੀ। ਉਹਦੇ ਚੱਲਦੇ ਹੋਏ ਕੱਲ੍ਹ ਨਸ਼ੇ ਕਰਕੇ ਕੋਈ ਤਕਰੀਬਨ 5-10 ਬੰਦਿਆਂ ਨੇ, ਜਿਹ 'ਚ ਦੀਪੂ ਸੀਗਾ ਇੱਕ ਮੇਨ, ਇੱਕ ਕਾਸ਼ ਕਾਲੂ ਆ, ਬਾਕੀ ਉਹਦੇ ਸਾਥੀ ਹੈ 5-7 ਹੋਰ। ਉਹਨਾਂ ਨੇ ਭਾਰਤ ਨਗਰ ਮਾਰਕੀਟ ਦੇ ਵਿੱਚ ਇੰਨੀ ਕੁ ਗੁੰਡਾਗਰਦੀ ਕੀਤੀ ਹੈ, ਉਹਨਾਂ ਨੇ ਕੋਈ ਬੰਦਾ ਨਹੀਂ ਦੇਖਿਆ ਕਿਸੇ ਦੁਕਾਨਦਾਰ ਤੋਂ ਕੋਈ ਚੀਜ਼ ਚੁੱਕੀ ਜਾਂਦੇ ਆ, ਕਿਸੇ ਤੋਂ ਕੋਈ ਚੁੱਕੀ ਜਾਂਦੇ ਆ। ਆਹ ਮੁੰਡਾ ਸੀਗਾ ਇੱਥੇ, ਕਿੱਥੇ ਗਿਆ? ਆਹ ਮੁੰਡਾ ਵਿਚਾਰਾ ਪ੍ਰਵਾਸੀ ਹੈ, ਇਹ ਸਾਈਕਲ 'ਤੇ ਆਉਣ ਡਿਆ ਸੀ, ਇਹਦੇ ਪਿੱਛੇ ਟਮਾਟਰ ਮਾਰਿਆ। ਇਹਨੇ ਜਦ ਪਿੱਛੇ ਮੁੜ ਕੇ ਦੇਖਿਆ ਵੀ ਤੂੰ ਟਮਾਟਰ ਕਿਉਂ ਮਾਰਿਆ, ਇੰਨੀ ਦੇਰ ਨੂੰ ਸਾਰੇ ਜਾਣੇ ਨੂੰ ਟੁੱਟ ਕੇ ਪੈ ਗਏ, ਇਹਦੀ ਜੇਬ ਦੇ ਵਿੱਚੋਂ 1000 ਰੁਪਈਆ ਕੱਢ ਲਿਆ, ਸਾਈਕਲ ਵੀ ਖੋਣ ਲੱਗੇ। ਇੰਨੀ ਦੇਰ ਨੂੰ ਉੱਥੇ ਹਰਕੇਸ਼ ਸਬਜ਼ੀ ਵਾਲੇ ਸਾਡੇ ਦੁਕਾਨਦਾਰ ਰੋਹਿਤ ਸ਼ਰਮਾ ਜੀ ਸਾਡੇ ਉੱਥੇ ਹਲਵਾਈ ਹੈਗੇ, ਮੌਕੇ 'ਤੇ ਪਹੁੰਚ ਗਏ। ਇਹਨਾਂ ਨੇ ਜਾ ਕੇ ਬੜੀ ਮੁਸ਼ਕਲ ਇਹਨੂੰ ਛਡਾਇਆ ਬੰਦੇ ਨੂੰ ਅਤੇ ਭੇਜਿਆ। ਉਹਨਾਂ ਨੂੰ ਛਡਾਉਣਾ ਇਹਨੂੰ ਵੀ ਉਹਨਾਂ ਨੇ ਬੇਤਹਾਸ਼ਾ ਗਾਲਾਂ ਕੱਢੀਆਂ, ਭਾਰਤ ਨਗਰ ਦੇ ਲੋਕਾਂ ਨੂੰ ਗਾਲਾਂ ਕੱਢੀਆਂ, ਭਾਰਤ ਨਗਰ ਦੇ ਮਾਰਕੀਟ ਦੇ ਜਿਹੜੇ ਦੁਕਾਨਦਾਰ ਸੀ ਉਹਨਾਂ ਨੂੰ ਗਾਲਾਂ ਕੱਢੀਆਂ। ਇੰਨਾ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਹੋਇਆ ਵੇ, ਅੱਜ ਸਾਰੀ ਮਾਰਕੀਟ ਸਾਰਾ ਮੱਲਾ ਦਹਿਸ਼ਤ ਦੇ ਮਾਹੌਲ ਦੇ ਵਿੱਚ ਜੀ ਰਿਹਾ ਵੇ। ਅਸੀਂ ਐਡੀਸ਼ਨਲ SHO ਅਰੁਣ ਕੁਮਾਰ ਉਹਨਾਂ ਨੂੰ ਦਰਖਾਸਤ ਦਿੱਤੀ ਹੈ ਉਹਨਾਂ ਬੰਦਿਆਂ ਦੇ ਬਾਰੇ, ਜੇ ਇਮੀਡੀਏਟਲੀ ਉਹਨਾਂ ਨੂੰ ਨਹੀਂ ਲੈ ਕੇ ਆਉਣਗੇ, ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਉਣਗੇ ਜਾਂ ਸਾਡੇ ਬਿਆਨਾਂ ਦੇ ਉੱਤੇ ਪਰਚਾ ਨਹੀਂ ਦਰਜ ਕਰਨਗੇ, ਜੋ ਵੀ ਸਾਨੂੰ ਸੰਘਰਸ਼ ਕਰਨਾ ਪਿਆ ਆਪਣੇ ਇਨਸਾਫ ਦੇ ਲਈ, ਅਸੀਂ ਉਹ ਸੰਘਰਸ਼ ਕਰਾਂਗੇ। ਅਸੀਂ ਆਪਾਂ ਆਪਣੇ ਹੱਕ ਦੀ ਲੜਾਈ ਲੜਨ ਆਏ ਹਾਂ, ਸੱਚ ਦੀ ਲੜਾਈ ਲੜਨ ਦੇ ਵਾਸਤੇ ਅਸੀਂ ਇੱਥੇ ਆਏ ਹਾਂ। ਇਹ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਹੈ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਵੇ। ਅੱਜ ਸਾਡਾ ਦੁਕਾਨਦਾਰ ਭਾਰਤ ਨਗਰ ਦਾ ਗੁਰੂ ਨਾਨਕ ਪੂਰੇ ਮਾਰਕੀਟ 'ਚ ਦੁੱਧ ਦੀ ਸਪਲਾਈ ਕਰ ਰਿਹਾ ਸੀ ਸਵੇਰੇ 4:45 ਵਜੇ ਦਾ ਸਮਾਂ, ਉਹਦੇ ਕੋਲ 36,000 ਰੁਪਇਆ, ਆਹ ਮੁੰਡਾ ਖੜਾ ਅਮਿਤ, ਇਹ ਕੋਈ 36,000 ਰੁਪਇਆ ਅੱਜ ਗੁਰੂ ਨਾਨਕ ਪੂਰੇ ਮਾਰਕੀਟ ਦੇ ਵਿੱਚ ਸਵੇਰੇ ਖੋ ਹੋ ਗਈ ਆ। ਮੈਂ ਕਹਿੰਦਾ ਵੀ CP ਸਾਹਿਬ ਨੂੰ ਮੈਂ ਪੁੱਛਦਾ ਮੈਂ ਵੀ CP ਸਾਹਿਬ ਆਪਣੇ ਨਾਕੇ ਕਿੱਥੇ ਹੈ, ਆਪਣੀ ਚੈਕਿੰਗ ਕਿੱਥੇ ਹੈਗੀ ਹੈ? ਆਪਾਂ ਲੋਕਾਂ ਦੀ ਸੇਫਟੀ ਕਰਨੀ ਹੈ, ਲੋਕਾਂ ਦੀ ਅਸੀਂ ਮਾਲ ਦੀ ਰਾਖੀ ਕਰਨੀ ਹੈ, ਲੋਕਾਂ ਦੀ ਅਸੀਂ ਜਾਨਾਂ ਦੀ ਰਾਖੀ ਕਰਨੀ ਹੈ। ਜੇ ਇਸ ਤਰ੍ਹਾਂ ਆਪਣੀ ਪੁਲਿਸ ਸੁਸਤ ਹੋਏਗੀ, ਸੁੱਤੀ ਰਹੇਗੀ, ਅਤੇ ਫਿਰ ਜਿਹੜੇ ਗੁੰਡਾ ਜਿਹੜੇ ਅਨਸਰ ਹੈ ਉਹਨਾਂ ਨੂੰ ਖੁੱਲ੍ਹ ਕੇ ਮੌਕਾ ਮਿਲੇਗਾ ਕਿ ਉਹ ਸ਼ਰੀਫ ਲੋਕਾਂ ਦੇ ਨਾਲ ਜਿੰਨੀ ਮਰਜ਼ੀ ਖੋ ਖਿੱਚ ਕਰਨ, ਜਿੰਨੇ ਮਰਜ਼ੀ ਉਹ ਗੁੰਡਾਗਰਦੀ ਕਰਨ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸੋ CP ਸਾਹਿਬ, ਮੈਂ ਤੁਹਾਨੂੰ ਵੀ ਇਹ ਬੇਨਤੀ ਕਰਾਂਗਾ ਕਿ ਜਲਦੀ ਤੋਂ ਜਲਦੀ ਇਹਨਾਂ ਅਨਸਰਾਂ ਨੂੰ ਜਿਹੜੀ ਨੱਥ ਪਾਈ ਜਾਵੇ ਅਤੇ ਨਸ਼ੇ ਦੇ ਉੱਤੇ ਜਿਹੜੀ ਰੋਕ ਲਾਈ ਜਾਵੇ। ਅੱਜ ਚਗਿੱਟੀ ਖੇਤਰ ਆ ਸਾਡਾ ਨਸ਼ੇ ਦੇ ਵਿੱਚ ਡੁੱਬਦਾ ਜਾ ਰਿਹਾ ਵੇ, ਉਹਦੇ ਕਰਕੇ ਸਾਡੇ ਭਾਰਤ ਨਗਰ ਖੇਤਰ ਦੇ ਵਿੱਚ ਗੁਰੂ ਨਾਨਕ ਪੂਰਾ ਵੈਸਟ ਦੇ ਖੇਤਰ ਦੀਆਂ ਗਲੀਆਂ ਦੇ ਵਿੱਚ ਵੀ ਅੱਜ ਲੋਕ ਆ ਕੇ ਆਪਣਾ ਨਸ਼ਾ ਵੇਚ ਰਹੇ, ਨਸ਼ੇ ਦੇ ਵਪਾਰੀ। ਇਹਨਾਂ ਨੂੰ ਜਲਦੀ ਤੋਂ ਜਲਦੀ ਲਗਾਮ ਪਾ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਇੱਕ ਵਧੀਆ ਮਾਹੌਲ, ਅਮਨ ਸ਼ਾਂਤੀ ਵਾਲਾ ਮਾਹੌਲ ਸਾਡੇ ਗੁਰੂ ਨਾਨਕ ਪੂਰਾ ਭਾਰਤ ਨਗਰ ਦੇ ਖੇਤਰ ਦੇ ਵਿੱਚ ਹੋਵੇ। ਇਹੀ ਮੈਂ CP ਸਾਹਿਬ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ ਜੀ? ਅਸੀਂ ਜਿਹੜੀ ਐਪਲੀਕੇਸ਼ਨ ਦੇ ਆਏ ਹਾਂ, ਅਸੀਂ ਲੁੱਟ ਦੀ ਐਪਲੀਕੇਸ਼ਨ 36,000 ਰੁਪਏ ਦੀ ਅਮਿਤ ਦੀ ਵੀ ਦੇ ਜਾਂਦੀ ਹੈ, ਜਿਹੜੀ ਇਹਦੇ ਨਾਲ 1000 ਰੁਪਏ ਦੀ ਖੋ ਖਿੱਚ ਹੋਈ ਹੈ, ਗਾਲੀ ਗਲੋਚ ਉਹਨਾਂ ਨੇ ਕੀਤੀ, ਉਹਦੀ ਵੀ ਦਰਖਾਸਤ ਦੇ ਜਾਂਦੀ ਹੈ। ਇਹ ਕਹਿੰਦੀ ਜੀ ਅਸੀਂ ਬੰਦੇ ਲਿਆ ਕੇ ਇਮੀਡੀਏਟਲੀ ਅਸੀਂ ਜਿਹੜੀ ਕਾਰਵਾਈ ਕਰਦੇ ਹਾਂ, ਸਾਨੂੰ ਇਹ ਹਾਲ ਦੀ ਘੜੀ ਇਹਨਾਂ ਨੇ ਭਰੋਸਾ ਦਿੱਤਾ। ਜੇ ਨਹੀਂ ਕਰਦੇ ਤਾਂ ਉਸ ਤੋਂ ਅਗਲੀ ਰਣਨੀਤੀ ਕੀ ਹੋਈ ਤੁਹਾਡੀ? ਜਿਹੜੀ ਸਾਡੀ ਰਣਨੀਤੀ ਹੋਏਗੀ, ਅਸੀਂ ਜਿੰਨੇ ਵੀ ਦੁਕਾਨਦਾਰ ਭਰਾ ਵੇ ਜਾਂ ਮਹੱਲੇ ਵਾਲੇ ਅਸੀਂ ਬੈਠ ਕੇ ਜੋ ਵੀ ਪ੍ਰੋਗਰਾਮ ਹੋਏਗਾ ਅਗਲਾ ਉਲੀਕਾਂਗੇ, ਲੇਕਿਨ ਅਸੀਂ ਆਪਣਾ ਇਨਸਾਫ ਲੈ ਕੇ ਰਵਾਂਗੇ, ਇਹ ਗੱਲ ਬਿਲਕੁਲ ਸਪਸ਼ਟ ਹੈ। ਭਾਜੀ ਆਪਣਾ ਅਮਿਤ, ਕੀ ਗੱਲ ਹੋਈ ਸੀ ਸਰ ਮੋਰਨਿੰਗ? ਸਵੇਰੇ ਭਾਈ ਮੈਂ ਦੁੱਧ ਦੀ ਸਪਲਾਈ ਕਰ ਰਿਹਾ ਸੀ, ਮੇਰੇ ਕੋਲ 36,000 ਦੀ ਕਲੈਕਸ਼ਨ ਸੀ,
ਤਿੰਨ ਜਣੇ ਆਏ ਆ ਬੰਦੂਕ ਦੇ ਨੁਕਤੇ ਲੈ ਕੇ ਚਲੇ ਗਏ ਆ। ਕਿਸ ਏਰੀਆ 'ਚ ਤੁਹਾਨੂੰ ਲੁੱਟ ਖੋਈ? ਗੁਰੂ ਨਾਨਕਪੁਰੇ ਫਾਟਕ ਕੋਲ। ਗੁਰੂ ਨਾਨਕਪੁਰੇ ਫਾਟਕ ਕੋਲ ਕਿੰਨੇ ਵਜੇ ਦਾ ਟਾਈਮ ਸੀਗਾ ਜੀ? ਸਵੇਰੇ 4 ਵਜੇ ਦਾ। ਤੁਸੀਂ ਸਰ ਮੋਰਨਿੰਗ ਵੈਸੇ ਵੀ ਦੁੱਧ ਦੀ ਸਪਲਾਈ ਕਰਦੇ ਹੋ, ਅਤੇ ਕਦੀ ਤੁਹਾਨੂੰ ਰਸਤੇ 'ਚ ਕੋਈ ਪੰਜਾਬ ਪੁਲਿਸ ਦਾ ਕਿਸੇ ਚੀਜ਼ ਦਾ ਨਾਕਾ ਲਿਖਿਆ ਜਾਂ ਕੋਈ ਗਸ਼ਤ ਦਿਖੀ ਪੰਜਾਬ ਪੁਲਿਸ ਦੀ? ਅੱਜ ਤੱਕ ਨਹੀਂ ਦਿੱਤੀ ਕੋਈ, ਅੱਜ ਤੱਕ ਨਹੀਂ ਮਿਲੀ ਜੀ। ਇਹਦੇ 'ਚ ਕੀ ਸਮਝਦੇ ਹੋ ਜੀ ਪੁਲਿਸ ਦੀ? ਕੋਈ ਸੇਫਟੀ ਨਹੀਂ ਸਾਡੀ ਪੁਲਿਸ ਵੱਲੋਂ। ਹਾਂ ਸਰ, ਕੀ ਨਾਮ ਜੀ ਆਪਣਾ? ਸਰ ਮੇਰਾ ਨਾਮ ਰੋਹਿਤ ਹੈ ਜੀ। ਕੀ ਗੱਲ ਹੋਈ ਸੀ ਸਰ ਕੱਲ੍ਹ ਮਾਰਕੀਟ ਵਿੱਚ, ਜਿਹੜਾ ਤੁਸੀਂ ਪ੍ਰਵਾਸੀ ਨੂੰ ਛੁਡਾ ਰਹੇ ਸੀ ਅਤੇ ਤੁਹਾਡੇ 'ਤੇ ਹੀ ਹੈਵੀ ਹੋ ਗਏ ਸਾਰੇ? ਸਰ ਅਸੀਂ ਤਾਂ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਚਲੋ ਅਸੀਂ ਗਰੀਬ ਬੰਦਾ ਇੱਕ ਉਹਨੂੰ ਛੁਡਾ ਲੈਂਦੇ ਹਾਂ, ਪਰ ਛੁਡਾਉਣ ਅਸੀਂ ਲੱਗੇ ਹਾਂ, ਛੁਡਾਉਣ ਦੀ ਬਜਾਏ ਸਰ ਉਹ ਸਾਨੂੰ ਲਾਪੇ ਗਾਲਾਂ ਕੱਢਣ, ਮਾਂ ਭੈਣ ਦੀਆਂ ਗਾਲਾਂ ਕੱਢਣ ਲਾਪੇ, ਅਤੇ ਅਸੀਂ ਜਿੱਦਾਂ ਮੇਰੇ ਮਦਰ ਵੀ ਖੜ੍ਹੇ ਸੀ ਸਾਹਮਣੇ, ਅਤੇ ਉਹਨਾਂ ਨੂੰ ਵੀ ਮਤਲਬ ਕਿ ਮਾਂ ਭੈਣ ਦੀਆਂ ਗਾਲਾਂ ਕੱਢਣ ਲਾਪੇ, ਅਤੇ ਫਿਰ ਅਸੀਂ ਕਰ ਤਾਂ ਕੁਛ ਨਹੀਂ ਸਕਦੇ ਕਿਉਂਕਿ ਉਹ 4-5-10 ਮੁੰਡੇ ਸੀਗੇ ਇਕੱਠੇ, ਅਤੇ ਫਿਰ ਅਸੀਂ ਚੁੱਪ ਰਹੇ, ਇਸ ਕਰਕੇ ਫਿਰ ਅਸੀਂ ਹੁਣ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ। ਅੱਗੇ ਵੀ ਸਰ ਕਦੀ ਹੋਇਆ ਇੱਥੇ ਮਾਰਕੀਟ ਵਿੱਚ? ਸਰ ਕਦੀ ਨਹੀਂ ਹੋਇਆ, ਪਰ ਹੁਣ ਥੋੜ੍ਹੇ ਦਿਨਾਂ ਗੁੰਡਾਗਰਦੀ ਇਹਨਾਂ ਦੀ ਦਿਖਦੀ ਹੈ ਜੀ ਅੱਗੇ ਵੀ? ਗੁੰਡਾਗਰਦੀ ਦਿਖਦੀ ਹੈ ਸਰ। ਇਹ ਕੌਣ ਕੌਣ ਬੰਦੇ ਜੀ ਕੁਛ ਹੈਗਾ ਨਾਮ ਕਿ ਅਣਪਛਾਤੇ ਹੈਗੇ ਆ ਸਰ? ਨਾਮ ਸਵੀਟ ਅਣਪਛਾਤੇ, ਠੀਕ ਹੈ ਸਰ।